ਪਾਸੇ ਲੋਕਤੰਤਰ ਦਾ ਸਭ ਤੋਂ ਖੂਬਸੂਰਤ ਤਿਉਹਾਰ ਚੋਣਾਂ ਅਤੇ ਦੂਜੇ ਪਾਸੇ ਹੋਲੀ ਦੇ ਤਿਉਹਾਰ ਵਿੱਚ ਕੁਝ ਹੀ ਦਿਨ ਬਾਕੀ ਨੇ। ਕੀ ਲੋਕ ਸਭਾ ਚੋਣਾਂ ਦਾ ਅਸਰ ਹੋਲੀ ਦੇ ਤਿਉਹਾਰ ਉੱਪਰ ਪਵੇਗਾ? ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਦੁਕਾਨਦਾਰਾਂ ਨਾਲ, ਗ੍ਰਾਹਕਾਂ ਨਾਲ। ਪਰ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਅਸੀਂ ਲੁਧਿਆਣਾ ਦੇ ਹੋਲਸੇਲ ਬਾਜ਼ਾਰ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਜਿਹੜਾ ਬਾਜ਼ਾਰ ਹੈ ਸੱਜ ਚੁੱਕਾ ਹੈ। ਵੱਖ ਵੱਖ ਤਰ੍ਹਾਂ ਦੇ ਰੰਗ, ਵੱਖ ਵੱਖ ਤਰ੍ਹਾਂ ਦੀਆਂ ਪਿਚਕਾਰੀਆਂ ਲੰਘਦੀਆਂ ਹੋਈਆਂ ਨਜ਼ਰ ਆਉਣਗੀਆਂ। ਤੁਸੀਂ ਦੇਖ ਸਕਦੇ ਹੋ ਕਿ ਬੋਰੀਆਂ ਦੇ ਜਿਹੜੇ ਰੰਗ ਦੇ ਵਿੱਚ ਜਿਹੜੀਆਂ ਰੱਖੀਆਂ ਹੋਈਆਂ ਨੇ, ਬੋਰੀਆਂ ਦੇ ਵਿੱਚ ਰੰਗ ਰੱਖਿਆ ਹੋਇਆ। ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਵੱਖ ਵੱਖ ਤਰ੍ਹਾਂ ਦੇ ਰੰਗ ਜਿਹੜੇ ਨੇ ਗ੍ਰਾਹਕ ਨੂੰ ਖਿੱਚਣ ਵਾਸਤੇ ਰੱਖੇ ਗਏ ਨੇ। ਗ੍ਰਾਹਕ ਆਉਂਦੇ ਨੇ ਇੱਥੋਂ, ਆਪਣੀ ਮਨਪਸੰਦ ਜਿਹੜੇ ਰੰਗ ਨੇ ਖਰੀਦਦੇ ਨੇ, ਮਨਪਸੰਦ ਜਿਹੜੀਆਂ ਪਿਚਕਾਰੀਆਂ ਨੇ ਉਹ ਖਰੀਦਦੇ ਨੇ। ਗ੍ਰਾਹਕਾਂ ਨਾਲ ਗੱਲਬਾਤ ਕਰਾਂਗੇ ਜਾਂ ਦੁਕਾਨਦਾਰ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਅਸਰ ਚੋਣਾਂ ਦਾ ਪੈ ਰਿਹਾ ਜਾਂ ਕਿਸ ਤਰ੍ਹਾਂ ਇਸ ਵਾਰ ਦੀ ਹੋਲੀ ਨਜ਼ਰ ਆ ਰਹੀ ਹੈ, ਕਿਉਂਕਿ ਤਿਆਰੀਆਂ ਕਰਕੇ ਬੈਠੇ ਨੇ ਦੁਕਾਨਦਾਰ। ਕਿਤੇ ਨਾ ਕਿਤੇ ਗ੍ਰਾਹਕ ਦੀ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਗੱਲਬਾਤ ਕਰ ਲੈਂਦੇ ਹਾਂ। ਸਰ ਕੀ ਨਾਮ ਆ ਜੀ, ਕਿਹੜੀ ਮਾਰਕੀਟ ਹੈ? ਦੀਪਕ ਕੁਮਾਰ ਜੀ, ਦਰੇਸੀ ਮਾਰਕੀਟ, ਕਪੂਰ ਮਾਰਕੀਟ, ਦਰੇਸੀ ਰੋਡ। ਅੱਛਾ ਸਰ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਅੱਜ ਦੁਕਾਨ ਖਾਲੀ ਖਾਲੀ ਨਜ਼ਰ ਆ ਰਹੀ ਹੈ, ਅਸੀਂ ਬਾਜ਼ਾਰ ਵੀ ਦੇਖਿਆ ਵਾ, ਕਿ ਇਸ ਟਾਈਮ ਤੱਕ ਗ੍ਰਾਹਕ ਨਹੀਂ ਆਉਂਦੇ ਜਾਂ ਫਿਰ ਗ੍ਰਾਹਕ ਜਿਹੜਾ ਅੱਜ ਆਇਆ ਹੀ ਨਹੀਂ? ਗਾਹਕ ਸ਼ਾਮ ਨੂੰ ਸ਼ੁਰੂ ਹੁੰਦਾ ਜੀ, ਸਵੇਰ ਨਹੀਂ ਹੁੰਦਾ, ਸ਼ਾਮ ਨੂੰ ਗਾਹਕ ਹੁੰਦਾ ਜੀ। ਇਹ ਤਿਉਹਾਰ 4 ਦਿਨਾਂ ਦਾ ਹੁੰਦਾ ਵਾ, 4 ਦਿਨ ਮੇਲਾ ਲੱਗਦਾ ਜੀ ਇਹਦੇ 'ਚ। 4 ਦਿਨ ਮੇਲਾ ਲੱਗਦਾ? ਹਾਂਜੀ, 4 ਦਿਨ ਮੇਲਾ ਪੂਰਾ ਲੱਗਦਾ ਜੀ। ਅੱਛਾ, ਦੇਖਿਆ ਸੀ, ਦੇਖਿਆ ਕਿ ਵੱਖ ਵੱਖ ਤਰ੍ਹਾਂ ਦੀਆਂ ਪਿਚਕਾਰੀਆਂ ਨੇ ਇਸ ਵਾਰ ਤੁਸੀਂ ਖਰੀਦੀਆਂ। ਪਹਿਲਾਂ ਤਾਂ ਇਹ ਦੱਸੋ ਵੀ ਕਿਹੜੀਆਂ ਪਿਚਕਾਰੀਆਂ ਜਿਹੜੀਆਂ ਨੇ ਖਾਸ ਨੇ ਇਸ ਵਾਰ, ਜਿਹੜੀਆਂ ਬੱਚਿਆਂ ਵਾਸਤੇ? ਜਿਹੜੀਆਂ ਸਾਰੀ ਪਿਚਕਾਰੀ ਬੱਚਿਆਂ ਵਾਸਤੇ ਜੀ, ਕੋਈ ਨਵੀਆਂ ਪਿਚਕਾਰੀਆਂ ਆਈਆਂ। ਹਾਂਜੀ, ਜਿਵੇਂ ਕਿ ਆਹ ਬੀਨ ਆਈ ਹੋਈ ਜੀ। ਅੱਛਾ ਜੀ, ਬੀਨ ਵਾਲੀ? ਹਾਂਜੀ, ਬੀਨ ਵਾਲੀ ਆਈ ਹੋਈ ਆ, ਆਹ ਪੰਪ ਆਏ ਹੋਏ ਆ। ਹਾਂਜੀ, ਵੱਡਾ ਪੰਪ ਆਇਆ ਜੀ, ਇੱਕੋ ਵਾਰ ਜੇ ਬੱਚਾ ਪੂਰਾ ਨਵਾਇਆ ਜਾਊਗਾ ਇੱਕੋ ਵਾਰ 'ਚ। ਇੱਕ ਵਾਰ 'ਚ ਵੱਡੇ ਪੰਪ? ਵੱਡੇ ਪੰਪ, ਉਹ ਵੱਡੇ ਵੱਡੇ ਪੰਪ ਇਹ ਆ। ਹਾਂਜੀ, ਆਹ 2-in-1 ਹੈਗੀ ਜੀ, ਆ ਲਓ ਮਿਊਜ਼ਿਕ ਵਾਲੀ ਆ, 2 ਤਾਰਾਂ ਇਕੱਠੀਆਂ ਨਿਕਲੂਗੀਆਂ। ਅੱਛਾ ਜੀ, ਠੀਕ ਹੈ ਜੀ। ਉਸ ਤੋਂ ਮਿਊਜ਼ਿਕ ਵੀ ਚੱਲੂਗਾ? ਮਿਊਜ਼ਿਕ ਵੀ ਚੱਲੂਗਾ ਜੀ। ਅੱਛਾ ਜੀ, ਉਸ ਤੋਂ ਬਾਅਦ ਆਹ ਦੇਖੋ ਜੀ। ਹਾਂਜੀ, ਵੱਖ ਵੱਖ ਤਰ੍ਹਾਂ ਦੀਆਂ ਪਿਚਕਾਰੀਆਂ ਜੀ ਆਪਾਂ ਕਹਿ ਦਈਏ ਕਿ ਬੱਚਿਆਂ ਦੇ ਵਾਸਤੇ ਜਿਹੜੀਆਂ ਨੇ ਇਸ ਵਾਰ ਆਈਆਂ ਹੋਈਆਂ ਨੇ, ਇਹ ਸਾਰੀਆਂ ਮਤਲਬ ਇਸ ਵਾਰ ਨਵੀਆਂ ਆਈਆਂ ਨੇ ਜਾਂ ਪਹਿਲਾਂ ਵੀ ਇਹੀ ਕੁਛ ਚੱਲਦਾ? ਦੇਖੋ, ਇਹ ਸਾਰੀਆਂ ਵਿੱਚੋਂ ਨਵੀਆਂ ਆਈਟਮਾਂ ਵੀ ਆਇਆਂ, ਵਿੱਚੋਂ ਪਹਿਲੇ ਵਾਲੀਆਂ ਵੀ ਹੈਗੀਆਂ ਵਾ। ਹਾਂਜੀ, ਇਹ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਪਿਛਲੀ ਵਾਰ ਜਿਹੜੇ ਨੇ ਕੁਝ ਕਾਰਟੂਨ ਫੇਜ਼ ਜਾਂ ਫਿਰ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਪਿਚਕਾਰੀਆਂ ਵਿਕਦੀਆਂ ਨੇ, ਇਸ ਵਾਰ ਕਿਹਦਾ ਟ੍ਰੈਂਡ ਹੈ? ਹਾਂਜੀ, ਕੋਈ ਕਾਰਟੂਨ ਫੇਜ਼ ਜਾਂ ਕੋਈ ਕ੍ਰਿਕਟਰ ਜਾਂ ਕਾਰਟੂਨ ਵਾਲੀਆਂ ਟੈਂਕੀ ਵਾਲੀਆਂ ਬੱਚਿਆਂ ਦੀਆਂ? ਦੇਖੋ ਜੀ, ਆਹ ਟੈਂਕੀ ਅਲੱਗ ਅਲੱਗ ਤਰ੍ਹਾਂ ਦੀ ਹੈਗੀਆਂ ਵਾ, ਉਹ ਕ੍ਰਿਕਟਰ ਵਾਲੀ ਵੀ ਹੈਗੀ ਟੈਂਕੀ ਵਿੱਚ, ਅਤੇ ਉਹ ਸਿਲੰਡਰ ਬਹੁਤ ਵਿਕ ਰਿਹਾ ਜੀ, ਇੱਕੋ ਵਾਰ ਚਲਾ ਕੇ ਰੰਗ ਉੱਡਦਾ ਉਹਦੇ 'ਚੋਂ। ਅੱਛਾ, ਸਿਲੰਡਰ ਵੀ? ਹਾਂਜੀ, ਆ ਕੋਈ ਜੀ, ਬਿਲਕੁਲ। ਕਿਤੇ ਨਾ ਕਿਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੇ ਸਿਲੰਡਰ ਜਿਹੜੇ ਨੇ ਰੱਖੇ ਗਏ ਨੇ। ਇਹ ਟ੍ਰੈਂਡ ਬੜਾ ਚੱਲਦਾ ਜੀ ਇਸ ਵਾਰ ਦਾ, ਇਹ ਬਹੁਤ ਵਿਕ ਰਿਹਾ। ਕਿੰਨਾ ਕਿ ਮਤਲਬ ਰੰਗ ਉੱਡਦਾ ਇਹਦੇ 'ਚ? ਕਿੰਨਾ ਜੀ? ਇਹ 'ਚ 4 ਕਿਲੋ ਰੰਗ ਹੁੰਦਾ ਜੀ। ਅੱਛਾ, ਇਹ 'ਚ 2 ਕਿਲੋ ਵਾਲਾ ਵੀ ਆਉਂਦਾ, 4 ਕਿਲੋ ਵਾਲਾ ਵੀ ਆਉਂਦਾ ਵਾ। ਕਿੰਨੇ ਟਾਈਮ ਦੇ ਵਿੱਚ ਇਹ ਜਿਹੜਾ ਰੰਗ ਭਰ ਦਿੰਦਾ? ਕਿਹੜਾ? ਇਹ 15 ਮਿੰਟ ਟਾਈਮਿੰਗ ਹੁੰਦੀ ਇਹਦੀ, 15 ਮਿੰਟ ਪੂਰਾ ਰੰਗ ਉੱਡਦਾ। ਹਾਂਜੀ ਹਾਂਜੀ, ਇਹਨੂੰ ਇੱਕ ਵਾਰ ਸੀਲ ਤੋੜਨ ਤੋਂ ਬਾਅਦ ਅੱਧੇ ਘੰਟੇ ਦੇ ਵਿੱਚ ਯੂਜ਼ ਕਰਨਾ ਹੁੰਦਾ ਵਾ, ਅੱਧੇ ਘੰਟੇ ਬਾਅਦ ਸਾਰੀ ਗੈਸ ਹੋ ਜਾਂਦੀ ਆ ਜੋ ਸੀਲ ਖੁੱਲ ਜਾਂਦੀ ਹੈ ਇਹਦੀ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਵੱਖ ਵੱਖ ਤਰ੍ਹਾਂ ਦੀਆਂ ਪਿਚਕਾਰੀਆਂ ਜਿਹੜੀਆਂ ਰੱਖੀਆਂ ਨੇ। ਬਾਈ ਜੀ, ਅਸੀਂ ਦੇਖਿਆ ਚਲੋ ਪਿਚਕਾਰੀਆਂ ਬਹੁਤ ਸੋਹਣੀਆਂ ਜਾਂ ਫਿਰ ਵੱਖ ਵੱਖ ਤਰ੍ਹਾਂ ਦੇ ਰੰਗ ਜਿਹੜੇ ਲੋਕਾਂ ਵਾਸਤੇ ਜਿਹੜੇ ਤੁਸੀਂ ਲੁਭਾਵਣੇ ਰੱਖੇ ਹੋਏ ਨੇ, ਜੇ ਕੰਮ ਦੀ ਗੱਲ ਕਰੀਏ, ਕੰਮ ਕਿਸ ਤਰ੍ਹਾਂ ਦਾ ਵੈਸੇ? ਕੰਮ ਤਾਂ ਪਿੱਛੇ ਸਾਨੂੰ ਅਜੇ 50 ਪੈਸੇ ਹੈਗਾ ਵਾ, ਬਾਕੀ 4 ਦਿਨ ਹੈਗੇ ਆ, 4 ਦਿਨ ਵਧੀਆ ਲੱਗੂਗੇ ਜੀ। 4 ਦਿਨ ਵਧੀਆ ਲੱਗਣ? 4 ਦਿਨ ਵਧੀਆ ਲੱਗੂਗੇ ਜੀ, ਕਿਉਂਕਿ ਇਹ ਤਿਉਹਾਰ ਲੋਕ ਟਾਈਮ ਦੀ ਟਾਈਮ ਮਨਾਉਂਦੇ ਆ ਹੁਣ। ਹਾਂਜੀ, ਪਹਿਲਾਂ ਖਰੀਦਦਾਰੀ ਨਹੀਂ ਕਰਦੇ, ਇਹ ਤਿਉਹਾਰ ਹੀ ਇੱਦਾਂ ਦਾ ਵਾ, ਇੱਕ ਦਿਨ ਦਾ ਤਿਉਹਾਰ ਹੁੰਦਾ ਵਾ। ਪਤੰਗ ਡੋਰ ਹੁੰਦੇ ਜਿਵੇਂ ਕਿ ਉਹ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੇ, ਬੱਚੇ ਉਡਾਉਣਾ ਸ਼ੁਰੂ ਕਰ ਦਿੰਦੇ ਆ। ਇਹ ਤਾਂ ਅੱਜ ਕੱਲ੍ਹ ਇੱਕੋ ਦਿਨ ਦਾ ਤਿਉਹਾਰ ਆ, ਅਤੇ ਇੱਕ ਦਿਨ ਹੀ ਖੇਲਣਾ ਵਾ ਉਹਨਾਂ ਨੇ, ਅਤੇ 2-3 ਦਿਨ ਪਹਿਲਾਂ ਹੀ ਪਰਚੇਜ ਕਰਦੇ ਆ। ਜਿਹੜਾ ਦੁਕਾਨਦਾਰ ਗਾਹਕ ਸੀ ਉਹ ਦੁਕਾਨਦਾਰ ਗਾਹਕ ਇੰਨਾ ਨਿਕਲਿਆ ਨਹੀਂ ਆ, ਜਿਹੜੇ ਅੱਗੇ ਦੁਕਾਨਦਾਰ ਗਾਹਕ ਸੀ ਨਾ ਉਹ ਹਜੇ ਨਹੀਂ ਨਿਕਲਿਆ ਇੰਨਾ। ਅੱਛਾ ਜੀ, ਬਾਕੀ ਪਰਚੂਨ ਦਾ ਗਾਹਕ ਹੈ, ਉਹ ਅੰਡੇ 4 ਦਿਨਾਂ 'ਚ ਪਤਾ ਲੱਗੂਗਾ ਕਿੱਦਾਂ ਦਾ ਵਾ। ਚਲੋ, ਉਮੀਦ ਹੈਗੀ ਕਿ ਗ੍ਰਾਹਕ ਜਿਹੜਾ, ਇੱਕ ਪਾਸੇ ਚੋਣਾਂ ਵੀ ਨੇ, ਜੇਕਰ ਚੋਣਾਂ ਦੀ ਗੱਲ ਕਰੀਏ ਵੀ ਚੋਣਾਂ ਦਾ ਕੋਈ ਅਸਰ ਤਾਂ ਨਹੀਂ ਦੇਖਣਾ? ਕੋਈ ਅਸਰ ਨਹੀਂ ਜੀ ਇਹਦੇ 'ਤੇ।
ਇਹਦੇ ਚੋਣਾਂ ਦਾ ਕੋਈ ਅਸਰ ਨਹੀਂ ਹੈ। ਤਿਉਹਾਰ ਜਿਹੜਾ ਸਾਰਿਆਂ ਦਾ ਸਾਂਝਾ ਹੁੰਦਾ, ਇਹ ਸਾਰਿਆਂ ਦਾ ਸਾਂਝਾ, ਹਰ ਕੋਈ ਇਸ ਨੂੰ ਮਨਾਉਂਦਾ। ਲੱਗਦਾ ਕਿ ਮਤਲਬ ਜਿੰਨਾ ਕੁ ਤੁਸੀਂ ਉਮੀਦ ਕਰੀ ਬੈਠੇ ਹੋ ਵੀ ਗ੍ਰਾਹਕ ਉਹਨਾਂ ਆਊਗਾ ਹੀ ਆਊਗਾ। ਆਊਗਾ ਜੀ, ਉਹਨਾਂ ਕੱਕ ਤਾਂ ਆਊਗਾ ਆਊਗਾ, ਪੂਰੀਆਂ ਉਮੀਦ ਦੁਨੀਆਂ ਕਾਇਮ ਹੈ, ਪੂਰੀਆਂ ਉਮੀਦਾਂ ਨੇ। ਹਾਂਜੀ ਹਾਂਜੀ, ਚਲੋ ਸ਼ੁਕਰ ਹੈ ਪਰਮਾਤਮਾ ਦਾ ਕਿ ਸਾਨੂੰ ਜਿਹੜੇ ਪਹਿਲੇ ਗ੍ਰਾਹਕ ਜਿਹੜੇ ਦੁਕਾਨਦਾਰ ਨੇ ਪੋਜ਼ਿਟਿਵ ਮਿਲੇ ਨੇ, ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਖ ਵੱਖ ਤਰ੍ਹਾਂ ਦੇ ਜਿਹੜੇ ਇਹਨਾਂ ਵੱਲੋਂ ਜਿਹੜੇ ਨੇ ਅਲੱਗ ਅਲੱਗ ਤਰੀਕੇ ਦੇ ਰੰਗ ਜਾਂ ਫਿਰ ਉਹ ਪਿਚਕਾਰੀਆਂ ਜਿਹੜੀਆਂ ਖਰੀਦੀਆਂ ਗਈਆਂ ਨੇ ਜਾਂ ਫਿਰ ਗ੍ਰਾਹਕ ਨੂੰ ਲਵਾਉਣ ਵਾਸਤੇ ਜਿਹੜੇ ਨੇ ਨਵੇਂ ਤਰੀਕੇ ਦੇ ਗੈਸ ਸਿਲੰਡਰ ਵਗੈਰਾ ਖਰੀਦੇ ਗਏ ਨੇ। ਗੱਲਬਾਤ ਹੋਰ ਦੁਕਾਨਦਾਰਾਂ ਨਾਲ ਵੀ ਕਰਾਂਗੇ, ਜਾਣਾਂਗੇ ਕਿ ਕਿਸ ਤਰ੍ਹਾਂ ਦਾ ਕੰਮ ਰਹਿਣ ਵਾਲਾ, ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਜਿਹੜਾ ਸਜਿਆ ਹੋਇਆ, ਇੱਕ ਦੁਕਾਨ ਨਹੀਂ ਬਾਕੀ ਸਾਰੀਆਂ ਦੁਕਾਨਾਂ ਦੇ ਉੱਪਰ ਜਿਹੜੇ ਦੁਕਾਨਦਾਰ ਨੇ ਇੰਤਜ਼ਾਰ ਕਰ ਰਹੇ ਨੇ। ਕਹਿੰਦੇ ਸ਼ਾਮ ਦੇ ਸਮੇਂ ਹੀ ਇੱਥੇ ਜਿਹੜਾ ਗ੍ਰਾਹਕ ਆਉਂਦਾ ਹੈ, ਜ਼ਿਆਦਾ ਮਾਰਕੀਟ ਜਿਹੜੀ ਆ ਸ਼ਾਮ ਨੂੰ ਲੱਗਦੀ ਹੈ। ਗੱਲਬਾਤ ਕਰ ਲੈਂਦੇ ਹਾਂ ਦੁਕਾਨਦਾਰਾਂ ਦੇ ਨਾਲ, ਕਿਸ ਤਰ੍ਹਾਂ ਕੀ ਕਹਿੰਦੇ ਨੇ, ਕਿਸ ਤਰ੍ਹਾਂ ਦਾ ਜਿਹੜਾ ਕੰਮ ਹੈ ਇਸ ਵਾਰ, ਕਿੰਨਾ ਕੁ ਅਸਰ ਜਿਹੜਾ ਨਜ਼ਰ ਆ ਰਿਹਾ। ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਪਿਚਕਾਰੀਆਂ, ਬੱਚਿਆਂ ਨੂੰ ਲਵਾਉਣ ਵਾਸਤੇ ਕਾਰਟੂਨ ਫੇਸਿਸ ਜਾਂ ਫਿਰ ਹੋਰ ਕਈ ਤਰ੍ਹਾਂ ਦੀਆਂ ਪਿਚਕਾਰੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ। ਬਾਈ ਜੀ, ਪਹਿਲਾਂ ਤਾਂ ਇਹ ਦੱਸੋ ਵੀ ਇਸ ਵਾਰੀ ਕਿਹੜੀਆਂ ਪਿਚਕਾਰੀਆਂ ਜਿਹੜੀਆਂ ਨੇ ਨਵੀਆਂ ਆਈਆਂ ਨੇ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਆਹ ਡੋਰੇਮੋਨ ਜਾਂ ਹੋਰ ਕਈ ਤਰ੍ਹਾਂ ਦੀਆਂ ਪਿਚਕਾਰੀਆਂ ਲੱਗੀਆਂ ਹੋਈਆਂ? ਭਾਈ, ਇਸ ਸਾਲ ਬਹੁਤ ਤਰ੍ਹਾਂ ਦੀਆਂ ਆਈਆਂ। ਦੇਖੋ, ਸਟਾਰ ਵਾਲੀ ਆਈ ਆ, ਡੋਰੇਮੋਨ ਆਇਆ ਆ, ਯੂਨੀਕੋਰਨ ਆਈ ਆ, ਐਕਸ਼ਨ ਮੈਨ ਆਇਆ, ਇਹ ਸਾਰੀਆਂ ਨਵੀਆਂ ਆਈਆਂ ਜੀ। ਹਾਂਜੀ, ਤਾਂ ਆਹ ਵੀ ਪੰਪ ਵੀ ਆਏ ਜੀ ਨਵੇਂ, ਹਾਂਜੀ, ਗਰਲਸ ਵਾਸਤੇ ਜਾਂ ਬੋਇਸ ਵਾਸਤੇ। ਹਾਂਜੀ ਹਾਂਜੀ, ਬਹੁਤ ਵਧੀਆ। ਇਸ ਸਾਲ ਸਭ ਤੋਂ ਨਵੀਂ ਚੀਜ਼ ਆਈ ਹੈ ਜੀ, ਸਭ ਤੋਂ ਵੱਡੀ ਪਿਚਕਾਰੀ। ਅੱਛਾ, ਇਹ ਕਿੰਨੇ ਫੁੱਟ ਦੀ ਪਿਚਕਾਰੀ ਹੈ? ਇਹ 4 ਫੁੱਟ ਦੀ ਹੈ ਜੀ। 4 ਫੁੱਟ ਦੀ ਪਿਚਕਾਰੀ ਹੈ? ਹਾਂਜੀ, ਮਤਲਬ ਇੱਕ ਵਾਰ 'ਚ ਹੀ ਬੰਦੇ ਨੂੰ ਪੂਰਾ ਐਨ ਤੁਸੀਂ ਗਿੱਲਾ ਕਰਵਾ ਦੋਗੇ? ਹਾਂਜੀ ਹਾਂਜੀ। ਅੱਛਾ ਜੀ, ਬੱਚਿਆਂ ਦੀ ਗੱਲ ਕਰੀਏ, ਜਿੱਦਾਂ ਹੁਣ ਟੈਂਕੀ ਟੂੰਕੇ ਵਾਲੀਆਂ ਪਿਚਕਾਰੀਆਂ ਨੇ, ਬੱਚੇ ਕਿਹੜੀ ਪਿਚਕਾਰੀ ਨੂੰ ਜ਼ਿਆਦਾ ਪਸੰਦ ਕਰਦੇ ਨੇ? ਜਿੱਦਾਂ ਕੋਈ ਕਾਰਟੂਨ ਫੇਸਿਸ ਪਸੰਦ ਕਰਦੇ ਨੇ ਜਾਂ ਫਿਰ ਸੁਪਰ ਹੀਰੋ ਵਗੈਰਾ? ਸਰ, ਉਹ ਤਾਂ ਬੱਚਿਆਂ 'ਤੇ ਡਿਪੈਂਡ ਆ ਨਾ ਜੀ, ਉਹ ਤਾਂ ਕਿਹੜੀ ਕਾਰਟੂਨ ਬਾਰੇ ਜਾਂ ਇੱਦਾਂ ਸੁਪਰਮੈਨ ਲਾ ਲਓ ਚਾਹੇ ਕੋਈ ਵੀ ਲਾ ਲਓ, ਉਹ ਤਾਂ ਬੱਚੇ ਆਪਣੇ ਮਨ ਪਸੰਦ ਦੇ ਲੈ ਕੇ ਜਾਂਦੇ ਨੇ, ਆਪਣੇ ਮਨ ਪਸੰਦ ਦੇ ਲੈ ਕੇ ਜਾਂਦੇ ਨੇ। ਕਹਿੰਦੇ ਆਖਰੀ 4 ਦਿਨ ਹੀ ਜ਼ਿਆਦਾ ਕੰਮ ਰਹਿੰਦਾ ਵਾ, ਵੀ ਮਾਰਕੀਟ ਦੇ ਵਿੱਚ ਆਖਰੀ 4 ਦਿਨ ਜਿਹੜਾ ਬਹੁਤ ਗ੍ਰਾਹਕ ਹੁੰਦਾ ਵਾ, ਅਜੇ ਮਤਲਬ ਆਪਾਂ ਕਹਿ ਦਈਏ ਕਿ 4 ਜਾਂ 5 ਦਿਨ ਜਿਹੜੇ ਬਾਕੀ ਨੇ ਬਾਜ਼ਾਰ ਦੇ ਵਿੱਚ, ਕਿਸ ਤਰ੍ਹਾਂ ਦਾ ਜਿਹੜੀ ਰੌਣਕਾਂ ਨੇ, ਕਿੰਨਾ ਕੁ ਜਿਹੜਾ ਗ੍ਰਾਹਕ ਆ ਰਿਹਾ? ਭਾਈ, ਹਾਲੇ ਤਾਂ ਬਹੁਤ ਕੰਮ ਠੰਡਾ ਪਿਆ ਵਾ, ਹਾਲੇ ਗ੍ਰਾਹਕ ਨਹੀਂ ਹੈਗਾ। ਗ੍ਰਾਹਕ 4 ਦਿਨ ਪਹਿਲਾਂ ਹੀ ਆਉਂਦਾ ਹੈ, 4 ਦਿਨ ਪਹਿਲਾਂ ਲਾ ਲਓ ਜਾਂ 2 ਦਿਨ ਪਹਿਲਾਂ ਲਾ ਲਓ, ਇਸ ਟਾਈਮ ਤਾਂ ਕੰਮ ਹੀ ਨਹੀਂ ਹੈਗਾ ਇੰਨਾ ਹਾਲੇ। ਪਰ ਕੋਈ ਤਿਉਹਾਰ ਜਿਵੇਂ ਇਲੈਕਸ਼ਨ ਆ, ਇਲੈਕਸ਼ਨ ਦਾ ਕੋਈ ਅਸਰ ਤਾਂ ਨਹੀਂ ਦੇਖਣ ਨੂੰ ਮਿਲਦਾ? ਨਹੀਂ ਨਹੀਂ ਜੀ, ਕੋਈ ਅਸਰ ਨਹੀਂ ਹੈਗਾ। ਨਹੀਂ ਜੀ, ਮਤਲਬ ਲੋਕ ਮਨਾਉਣਗੇ, ਤੁਹਾਨੂੰ ਪੂਰੀ ਉਮੀਦ ਹੈ ਵੀ ਗ੍ਰਾਹਕ ਆਊਗਾ ਇਹ ਆਊਗਾ? ਹਾਂਜੀ ਹਾਂਜੀ, ਉਮੀਦ ਤਾਂ ਪੂਰੀ ਹੈ ਜੀ। ਹਾਂ, ਬਾਕੀ ਪਤਾ ਨਹੀਂ, ਹੁਣ ਦੇਖੋ ਜੋ ਆਖਰੀ 4 ਦਿਨ ਜੇਕਰ ਗੱਲ ਕਰੀਏ ਵੀ ਪੂਰਾ ਮੇਲਾ ਲੱਗਿਆ ਹੁੰਦਾ ਵਾ, ਵਾਰੀ ਨਹੀਂ ਆਉਂਦੀ? ਹਾਂਜੀ ਹਾਂਜੀ, ਇੱਦਾਂ ਹੀ ਹੁੰਦੀ ਹੈ ਜੀ, ਬਹੁਤ ਰਸ਼ ਹੁੰਦਾ ਜੀ, ਬਹੁਤ ਰਸ਼ ਹੁੰਦਾ। ਹਾਂਜੀ ਜੀ, ਬਿਲਕੁਲ, ਕਿਤੇ ਨਾ ਕਿਤੇ ਦੁਕਾਨਦਾਰਾਂ ਨੂੰ ਵੱਡੀਆਂ ਉਮੀਦਾਂ ਨੇ। ਦੁਕਾਨਦਾਰ ਕਹਿੰਦੇ ਨੇ ਕਿ ਆਖਰੀ 4 ਦਿਨ ਜਿਹੜਾ ਗ੍ਰਾਹਕ ਜ਼ਿਆਦਾ ਹੁੰਦਾ ਹੈ ਜਾਂ ਫਿਰ ਉਹ ਜਿਹੜੇ ਨੇ ਉਡੀਕ ਕਰ ਰਹੇ ਨੇ ਕਿ ਕਦੋਂ ਗ੍ਰਾਹਕ ਜਿਹੜੇ ਆਉਣਗੇ। ਕਿਤੇ ਨਾ ਕਿਤੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਚਾਹੇ ਅਲਗੋਜੇ ਵਾਲੀਆਂ ਜਾਂ ਫਿਰ ਬੀਨ ਵਾਲੀਆਂ ਅਸੀਂ ਦੇਖੀਆਂ ਨੇ ਕਿ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਪਿਚਕਾਰੀਆਂ ਨੇ ਇਸ ਵਾਰ ਗ੍ਰਾਹਕਾਂ ਨੂੰ ਅਟਰੈਕਟ ਕਰ ਰਹੀਆਂ ਨੇ। ਵੱਖ ਵੱਖ ਤਰ੍ਹਾਂ ਦੇ ਰੰਗ ਜਿਹੜੇ ਨੇ ਸਜਾਏ ਗਏ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੋਰੀ ਦੇ ਵਿੱਚ ਪਾ ਕੇ ਰੰਗ ਜਿਹੜੇ ਰੱਖੇ ਗਏ ਨੇ ਤਾਂ ਕਿ ਗ੍ਰਾਹਕ ਆਵੇ, ਆਪਣੀ ਮਨਪਸੰਦ ਦੇ ਜਿਹੜੇ ਰੰਗ ਨੇ ਖਰੀਦ ਸਕੇ, ਕੋਈ ਗੁਲਾਲ ਜਾਂ ਜੈਲੋ ਜਾਂ ਫਿਰ ਅਸੀਂ ਗੱਲ ਕਰੀਏ ਵੱਖ ਵੱਖ ਤਰ੍ਹਾਂ ਦੇ ਰੰਗ ਜਿਹੜੇ ਨੇ ਰੱਖੇ ਗਏ ਨੇ ਤਾਂ ਕਿ ਗ੍ਰਾਹਕ ਆਉਣ ਅਤੇ ਖਰੀਦ ਸਕਣ। ਬੇਸ਼ੱਕ ਜਿਹੜਾ ਇਸ ਸਮੇਂ ਗ੍ਰਾਹਕ ਨਜ਼ਰ ਨਹੀਂ ਆ ਰਿਹਾ, ਕਹਿੰਦੇ ਸ਼ਾਮ ਦੇ ਸਮੇਂ ਜਿਹੜਾ ਇਸ ਮਾਰਕੀਟ ਦੇ ਵਿੱਚ ਜ਼ਿਆਦਾ ਗ੍ਰਾਹਕ ਜਿਹੜਾ ਆਉਂਦਾ ਹੈ ਜਾਂ ਫਿਰ ਜਿਹੜੇ ਖਰੀਦਦਾਰੀ ਕਰਨ ਵਾਲੇ ਨੇ ਉਹ ਸ਼ਾਮ ਦੇ ਸਮੇਂ ਆਉਂਦੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਸਜਾਈਆਂ ਗਈਆਂ ਨੇ ਬੱਚਿਆਂ ਵਾਸਤੇ ਜਾਂ ਫਿਰ ਵੱਡਿਆਂ ਵਾਸਤੇ, ਵੱਡੀਆਂ ਪਿਚਕਾਰੀਆਂ ਜਾਂ ਫਿਰ ਛੋਟੀਆਂ ਪਿਚਕਾਰੀਆਂ ਲਗਾਈਆਂ ਗਈਆਂ ਨੇ। ਗੱਲਬਾਤ ਕਰ ਲੈਂਦੇ ਹਾਂ, ਛੋਟੇ ਵੀਰ, ਛੋਟੀਆਂ ਪਿਚਕਾਰੀਆਂ ਜ਼ਿਆਦਾ ਵਿਕਦੀਆਂ ਨੇ ਇਸ ਵਾਰੀ ਜਾਂ ਵੱਡੀਆਂ ਪਿਚਕਾਰੀਆਂ? ਛੋਟੀਆਂ ਜੀ ਵਿਕਦੀਆਂ, ਛੋਟੀਆਂ ਜ਼ਿਆਦਾ ਵਿਕਦੀਆਂ। ਅੱਛਾ, ਗਾਹ ਕਹਿੰਦੇ ਆਖਰੀ 4 ਦਿਨ ਆਉਂਦਾ, ਕਿੰਨਾ ਕੁ ਉਦੋਂ ਰਸ਼ ਹੁੰਦਾ ਵਾ, ਮਤਲਬ ਵਾਰੀ ਨਹੀਂ ਆਉਂਦੀ ਹੁੰਦੀ ਜਾਂ ਤੁਹਾਨੂੰ ਜਿਹੜੇ ਹੋਰ ਆਪਣੇ ਨਾਲ ਬੰਦੇ ਰੱਖਣੇ ਪੈਂਦੇ ਆ? ਬੰਦੇ ਰੱਖਣੇ ਪੈਂਦੇ ਆ ਜੀ ਸਾਨੂੰ, ਜ਼ਿਆਦਾ ਗ੍ਰਾਹਕ ਹੁੰਦਾ ਜੀ।
ਜ਼ਿਆਦਾ ਗ੍ਰਾਹਕ ਹੁੰਦਾ ਹੋਲੀ ਤੋਂ ਇੱਕ ਦਿਨ ਪਹਿਲਾਂ। ਹੋਲੀ ਤੋਂ ਇੱਕ ਦਿਨ ਪਹਿਲਾਂ ਜੀ, ਬਿਲਕੁਲ ਕਿਤੇ ਨਾ ਕਿਤੇ ਕਹਿੰਦੇ ਹੋਲੀ ਤੋਂ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਗ੍ਰਾਹਕ ਹੁੰਦਾ। ਕਹਿੰਦੇ ਕਿ ਇੱਕ ਦਿਨ ਦਾ ਜਿਹੜਾ ਤਿਉਹਾਰ ਹੈ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਖਰੀਦਦਾਰੀ ਕਰਨ ਵਾਸਤੇ ਆਉਂਦੇ ਨੇ। ਦੁਕਾਨਦਾਰ ਵੀ ਜਿਹੜੇ ਨੇ ਪੋਜ਼ਿਟਿਵ ਨੇ, ਉਹਨਾਂ ਦਾ ਕਹਿਣਾ ਕਿ ਹਰ ਵਾਰ ਆਖਰੀ ਚਾਰ ਦਿਨ ਜਿਹੜਾ ਮੇਲਾ ਲੱਗਦਾ ਜਾਂ ਫਿਰ ਕਹਿੰਦੇ ਨੇ ਕਿ ਆਖਰੀ ਚਾਰ ਦਿਨ ਜਿਹੜਾ ਗ੍ਰਾਹਕ ਹੁੰਦਾ ਇੱਕ ਦਿਨ ਪਹਿਲਾਂ ਜਿਹੜੀ ਆ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਸ਼ੋਪਿੰਗ ਕਰਨ ਵਾਸਤੇ ਆਉਂਦੇ ਨੇ। ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਜਦੋਂ ਇੱਥੇ ਦਾ ਵੱਡਾ ਰਸ਼ ਹੋਊਗਾ ਆਖਰੀ ਦਿਨ ਜਦੋਂ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਵਾਸਤੇ ਆਉਣਗੇ। ਪਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਹੋਲੀ ਜਿਹੜਾ ਸਭ ਤੋਂ ਵੱਡਾ ਤਿਉਹਾਰ ਹੈ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ, ਉਸਦੀਆਂ ਤਿਆਰੀਆਂ ਜਿਹੜੀਆਂ ਨੇ ਲੁਧਿਆਣਾ ਵਿੱਚ ਸ਼ੁਰੂ ਹੋ ਚੁੱਕੀਆਂ ਨੇ। ਕਿਹਾ ਜਾ ਰਿਹਾ ਕਿ ਚੋਣਾਂ ਦਾ ਇਸਦੇ ਉੱਪਰ ਫਿਲਹਾਲ ਜਿਹੜਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ।